ਸਰਕਾਰੀ ਦਫ਼ਤਰਾਂ ਦੀ ਆਪਾਂ ਹਾਲਤ ਦੇਖੀ ਐ ਮੈਂ 3 ਦਿਨ ਪਹਿਲਾਂ ਦੀ ਗੱਲ ਐ ਤੁਸੀਂ ਦੇਖਿਆ ਹੁਣ ਮੈਂ ਜਦੋਂ ਥੋੜਾ ਜਿਹਾ ਮੈਨੂੰ ਟਾਈਮ ਮਿਲਦਾ ਐ ਮੀਟਿੰਗਾਂ ਤੋਂ ਜਾਂ ਕਿਤੇ ਹੋਰ ਜ਼ਰੂਰੀ ਕੰਮਾਂ ਚੋਂ ਮੈਂ ਕਹਿੰਦਾ ਚਲੋ ਯਾਰ ਕਿੱਲ ਚੱਲ ਕੇ ਆਉਨੇ ਆ ਕਿਤੇ ਦਫ਼ਤਰ ਚ ਕਿਤੇ ਖੜ ਜਾਂਗੇ ਬਿਨਾਂ ਦੱਸੀ ਚੱਲੋ ਦੱਸੋ ਨਾ ਜੇ ਦੱਸ ਦੋਗੇ ਨਾ ਫੇਰ ਠੀਕ ਉਹ ਤਾਂ ਆ ਜਾਂਦੇ ਨੇ ਸਾਰੇ ਫੋਨ ਕਰ ਦਿੰਦੇ ਨੇ ਇੱਥੇ ਆ ਜਾ ਮੁੱਖ ਮੰਤਰੀ ਆ ਰਿਹਾ ਸਾਰਾ ਦਫ਼ਤਰ ਭਰਿਆ ਹੋਇਆ ਦਿਖਾਉਣਾ ਐ ਹੋਰ ਕਿਤੇ ਦੱਸ ਦੋ ਹੋਰ ਕਿਤੇ ਦਾ ਬਿੰ ਮੌਤ ਚੱਲੇ ਆ ਜੀ ਤਾਂ ਸੰਗਰੂਰ ਜਾਣਾ ਰੁਕ ਜੋ ਫਤੇਗੜ ਸਾਹਿਬ ਪਰ ਸੋਈ ਕੀਤਾ ਮੈਂ ਕਹਿਤਾ ਖੰਨਾ ਪੁਲਿਸ ਨੂੰ ਉਹ ਖੰਨੇ ਕੋ ਨਹੀਂ ਪੁਲਿਸ ਲਈ ਬੈਠੇ ਰਹੇ ਰੁਕ ਗਿਆ ਮੈਂ ਫਤੇਗੜ ਸਾਹਿਬ ਵਾਲੇ ਸਾਂਝ ਕੇਂਦਰ ਚ ਤੇ ਸੋਵ ਦਾ ਕੇਂਦਰ ਚ ਆਗੇ ਜੀ ਉੱਥੇ ਲੋਕ ਆ ਗਏ ਮੈਂ ਕਿਹਾ ਜੀ ਦੱਸੋ ਕੀ ਸੇਵਾ ਕੀ ਕੰਮ ਕੀ ਆਇਓ ਪਹਿਲਾਂ ਤਾਂ ਥੋੜੇ ਜਿਹਾ ਚਿਜਕੇ ਨਹੀਂ ਨਹੀਂ ਜੀ ਬਹੁਤ ਵਧੀਆ ਕੰਮ ਹੋਈ ਜਾਂਦਾ ਮੈਂ ਕਿਹਾ ਨਹੀਂ 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 ਦੱਸੋ ਤੁਸੀਂ ਤੁਹਾਡੀ ਅੱਖਾਂ ਕੁਝ ਹੋਰ ਕਹੀ ਜਾਂਦੀਆਂ ਨੇ ਫਿਰ ਦੱਸਿਆ ਥੋੜਾ ਜਿਆ ਇੱਕ ਬਜ਼ੁਰਗ ਨੇ ਦੱਸਿਆ ਸੀਐਮ ਸਾਹਿਬ ਇੱਕ ਬਜ਼ੁਰਗ ਨੇ ਦੱਸਿਆ ਕਿ ਮੈਂ ਆਪਣੇ ਬੇਟੀ ਦੇ ਵਿਆਹ ਚ ਖੁਸ਼ੀ ਨਾਲ ਮੋਟਰਸਾਈਕਲ ਦਿੱਤਾ ਸੀ ਇੱਕ ਸਾਲ ਬਾਅਦ ਅਸੀਂ ਵਧੀਆ ਮੋਟਰਸਾਈਕਲ ਨਵਾਂ ਲੈ ਲਿਆ ਉਹ ਮੈਂ ਬੇਟੀ ਨੂੰ ਦਿੱਤਾ ਜਿਹੜਾ ਉਹਨੂੰ ਦਿੱਤਾ ਸੀ ਪਹਿਲਾਂ ਸਾਲ ਪਹਿਲਾਂ ਉਹ ਮੈਂ ਪਿੰਡ ਲੈ ਆਇਆ ਪਿੰਡੋਂ ਕਹਿੰਦਾ ਮੇਰਾ ਮੋਟਰਸਾਈਕਲ ਚੋਰੀ ਹੋ ਗਿਆ ਤੇ ਹੁਸ਼ਿਆਰਪੁਰ ਫੜਿਆ ਗਿਆ ਮੋਟਰਸਾਈਕਲ ਹੁਣ ਹੁਸ਼ਿਆਰਪੁਰ ਵਾਲੇ ਸਿਟੀ ਥਾਣੇ 'ਚ ਖੜਾ ਹੈ ਜੀ 2 ਮਹੀਨੇ ਹੋ ਗਏ ਮੈਨੂੰ ਮੋਟਰਸਾਈਕਲ ਨਹੀਂ ਦਿੰਦੇ ਮੈਂ ਕਿਹਾ ਫਿਰ ਤੇਰੇ ਘਰ ਤਾਂ ਹਜੇ ਚੋਰਾ ਕੋਲੀ ਐ ਜੋ ਤੈਨੂੰ ਮਿਲਿਆ ਹੀ ਨਹੀਂ ਉਹ ਤਾਂ ਫਿਰ ਜਦੋਂ ਮਿਲਿਆ ਹੀ ਨਹੀਂ ਉਹਦੇ ਬਾਅਦ ਤਾਂ ਚੋਰੀ ਹੋਇਆ ਹੋਇਆ ਹਜੇ ਉਹ ਇੱਕ ਗੱਲ ਮੈਂ ਕਿਤੇ ਸੀੜੀ 'ਚ ਵੀ ਕੀਤੀ ਸੀ ਕਿ ਕਿਸੇ ਦੇ ਚੋਰੀ ਹੋ ਗਈ ਪੁਲਿਸ ਆ ਗਈ ਲਿਖਾਉਣ ਵੀ ਲਿਖਾ ਵੀ ਕੀ ਕੀ ਚੋਰੀ ਹੋਇਆ ਉਹ ਕਹਿੰਦਾ ਜੀ ਭਾਂਡੇ ਲੈ ਗੇ ਲਿਖ ਬਈ ਤਿੰਨ ਪਤੀਲੇ ਲੈ ਗੇ ਲਿਖ ਬਈ ਉਹ ਕਹਿੰਦੇ ਗੈਸ ਵਾਲਾ ਸਿਲੰਡਰ ਵੀ ਲੈ ਕੇ ਚੁੱਲ੍ਹਾ ਵੀ ਲੈ ਕੇ ਲਿਖ ਬਈ ਉਹ ਕਹਿੰਦਾ ਜਿਹੜਾ ਉਹ ਮੁਰਗਾ ਫਿਰਦਾ ਕਾਲੇ ਰੰਗ ਦਾ ਉਹ ਵੀ ਲੈ ਗਏ ਉਹ ਪੁਲਿਸ ਵਾਲਾ ਕਹਿੰਦਾ ਕਿਉਂ ਬੁੱਧੂ ਬਣਾਈ ਜਾਣਾ ਕਾਨੂੰਨ ਨੂੰ ਬਾਕੀ ਤਾਂ ਚਲ ਮੈਂ ਮੰਨ ਲੈਣਾ ਭਾਂਡੇ ਗੈਸ ਸਿਲੰਡਰ ਲੈ ਗਏ ਮੁਰਗਾ ਤਾਂ ਇੱਥੇ ਹੀ ਫਿਰਦਾ ਹੈ ਇਹ ਕਿਵੇਂ ਚੋਰੀ ਹੋ ਗਿਆ ਉਹ ਕਹਿੰਦਾ ਇਹ ਤਫਤੀਸ਼ ਤਫਤੂਸ਼ ਕਰਨ ਦੇ ਸਿਲਸਿਲੇ 'ਚ ਇਹ ਤੁਸੀਂ ਲੈ ਜਾਓਗੇ ਮੇਰੇ ਕੋਲ ਤਾਂ ਚੋਰੀ ਸਮਝੋ ਮੋਟਰਸਾਈਕਲ ਮਿਲ ਗਿਆ ਜੀ ਮੋਟਰਸਾਈਕਲ ਮਿਲ ਗਿਆ ਪਰ ਉਹਨੂੰ ਨਹੀਂ ਮਿਲਿਆ ਉਹਦੇ ਬਾਅਦ ਚੋਰਾਂ ਕੋਲ ਹੀ ਹੈ ਨਾ ਫਿਰ ਹਜੇ ਤਾਨੂੰ ਖੁਸ਼ਖਬਰੀ ਦੱਸਾਂ ਅੱਜ ਸਵੇਰੇ ਪੁੱਛ ਕੇ ਆਇਆ ਫਤੇਗੜ ਸਾਹਿਬ ਦੇ ਐਸਐਸਪੀ ਨੂੰ ਮੈਂ ਕਿਹਾ ਮੋਟਰਸਾਈਕਲ ਕਿੱਥੇ ਹੈ ਕਹਿੰਦੇ ਜੀ ਘਰੇ ਪਹੁੰਚ ਗਿਆ ਤਾਰੀਆਂ ਮਾਰੋ ਨਾ ਫਿਰਣੋ ਆ ਕੰਮ ਨੇ ਜੀ ਆ ਕੰਮ ਨੇ ਜੀ ਛੋਟੇ ਛੋਟੇ ਇਹ ਕੰਮਾਂ ਨੂੰ ਉਹ ਰਾਜੇ ਮਹਾਰਾਜੇ ਨਹੀਂ ਜਾਣ ਸਕਦੇ ਕੀ ਨੇ ਇੱਕ ਮੇਰੇ ਕੋਲ ਹੋਰ ਮਿਲਿਆ ਉੱਥੇ ਕਹਿੰਦਾ ਮੈਂ ਕੁਸ਼ਤੀਆਂ ਕਰਾਉਣੀਆਂ ਨੇ ਮੈਨੂੰ ਸਪੀਕਰ ਦੀ ਇਜਾਜ਼ਤ ਨਹੀਂ ਮਿਲ ਰਹੀ ਦੇਖ ਲਓ ਜੀ ਕਹਿੰਦਾ ਮੈਂ ਦੋ ਤਰੀਕਾ ਬਲਦੇ ਮੈਨੂੰ ਸਪੀਕਰ ਨਹੀਂ ਲਾਉਣ ਦਿੰਦੇ ਮੈਂ ਕਿਹਾ ਗੱਲ ਸੁਣੋ ਸਪੀਕਰ 'ਚ ਕਿਹੜਾ ਡੀਜੇ ਲਾਉਣਾ ਇਹਨੇ ਪਹਿਲਵਾਨਾਂ ਦੇ ਨਾਂ ਹੀ ਬੋਲਣੇ ਆ ਨਾਲੇ ਬੜੀ ਵਧੀਆ ਗੱਲ ਆ ਪੰਜਾਬ 'ਚ ਦੁਬਾਰੇ ਕੁਸ਼ਤੀਆਂ ਸ਼ੁਰੂ ਹੋਣ ਲੱਗੀਆਂ ਨੇ ਉਹ ਪਹਿਲਵਾਨੀ ਸ਼ੁਰੂ ਹੋਣ ਲੱਗੀ ਆ ਬੱਚੇ ਸਰੀਰ ਬਣਾਉਣ ਲੱਗੇ ਨੇ ਤੇ ਉਹ ਇਹ ਵੀ ਮੈਂ ਤੁਹਾਨੂੰ ਖੁਸ਼ੀ ਦੀ ਗੱਲ ਦੱਸ ਦਿੰਨਾ ਉਹਨਾਂ ਨੂੰ ਸਵੇਰ ਤੋਂ ਬਾਅਦ ਜਿਹੜੀ ਸਾਬਜਾਦਿਆਂ ਨੂੰ ਸ਼ਰਧਾਂਜਲੀ ਦੀ ਸਭਾ ਹੈ ਕਿਉਂਕਿ ਆਪਾਂ 20 ਤੋਂ 30 ਤੱਕ ਆਪਾਂ ਕਿਹਾ ਹੋਇਆ ਕੋਈ ਇਦਾਂ ਦਾ ਕੋਈ ਖੁਸ਼ੀ ਕਿਉਂਕਿ ਉਹ ਸੋਗ ਦੇ ਦਿਨ ਨੇ ਉਹਨਾਂ ਨੂੰ ਜਨਵਰੀ ਦੀ ਤਰੀਕ ਦੇ ਕੇ ਨਾਲ ਉਹਨੂੰ ਸਪੀਕ ਕਰਦਾ ਵੀ ਮੈਂ ਕਿਹਾ ਇੱਕ ਦੀ ਥਾਂ ਤੇ ਦੋ ਲਾ ਸਪੀਕਰ ਦੂੰ ਕਿਹੜੀ ਗੱਲ ਆ ਇਹ ਆਹ ਕੰਮ ਨੇ ਜੀ ਛੋਟੇ ਛੋਟੇ